ਸਤਿ ਸ਼੍ਰੀ ਅਕਾਲ ਅੱਜ ਮੈਂ ਗੱਲ ਕਰਨ ਜਾ ਰਿਹਾ ਵਿਰਾਟ ਕੋਹਲੀ ਦੀ ਪਰ ਇਹ ਰਿਪੋਰਟ ਕੱਲੇ ਕੋਹਲੀ ਦੀ ਨਹੀਂ ਹੈ ਇਹ ਰਿਪੋਰਟ ਹੈ ਵੀ ਅਸੀਂ ਕਿਸ ਤਰ੍ਹਾਂ ਆਪਣੇ ਹੀਰੋਜ਼ ਨੂੰ ਟ੍ਰੀਟ ਕਰਦੇ ਹਾਂ ਅੱਜ ਕੱਲ ਸਾਡੇ ਦੇਸ਼ ਵਿੱਚ ਅਸੀਂ ਅਚੀਵਰਸ ਨੂੰ ਕੀ ਕਰਦੇ ਹਾਂ ਦੇਖੋ ਕੋਹਲੀ ਨੂੰ ਹਟਾਉਣਾ ਕਪਤਾਨੀ ਤੋਂ ਗਲਤ ਹੈ ਜਾਂ ਸਹੀ ਗੱਲ ਉਹਦੀ ਨਹੀਂ ਹੈ ਪਰ ਕਿਸ ਤਰੀਕੇ ਨਾਲ ਉਸ ਨੂੰ ਅੰਜਾਮ ਦਿੱਤਾ ਗਿਆ ਹੈ ਗੱਲ ਉਹਦੀ ਹੈ ਪਹਿਲਾਂ ਗੱਲ ਕਰ ਲਈਏ ਨੰਬਰਾਂ ਦੀ ਸਟੈਟਿਸਟਿਕਲੀ ਇੰਡੀਆ ਦਾ ਸਭ ਤੋਂ ਸਕਸੈਸਫੁੱਲ ਵਨ ਡੇ ਕੈਪਟਨ ਹੈ ਵਿਰਾਟ ਕੋਹਲੀ 95 ਚੋਂ 65 ਮੈਚ ਜਿੱਤਣ ਵਾਲਾ ਹਾਂ ਉਹਦੇ ਅੰਡਰ ਅਸੀਂ ਕੋਈ ਟਰੋਫੀ ਨਹੀਂ ਜਿੱਤੀ ਵੱਡੀ ਪਰ ਹਰ ਮੇਜਰ ਟੂਰਨਾਮੈਂਟ ਪਿਛਲਾ T20 ਵਰਲਡ ਕੱਪ ਛੱਡ ਕੇ ਵਿਰਾਟ ਕੋਹਲੀ ਦੀ ਟੀਮ ਸੈਮੀਫਾਈਨਲ ਜਾਂ ਫਾਈਨਲ ਤੱਕ ਜ਼ਰੂਰ ਪਹੁੰਚੀ ਹੈ ਪਰ ਗੱਲ ਇਕੱਲੀ ਟਰੋਫੀ ਦੀ ਕਿਵੇਂ ਬਣ ਗਈ ਟਰੋਫੀ ਤਾਂ ਅੱਜ ਤੱਕ ਦੋ ਹੀ ਕਪਤਾਨ ਨੇ ਜਿੱਤੀ ਹੈ ਨਾ 83 'ਚ ਕਪਿਲ ਦੇਵ ਅਤੇ ਫਿਰ 7 ਤੇ 11 ਵਿੱਚ MS ਧੋਨੀ ਉਸ ਤੋਂ ਪਹਿਲਾਂ ਜਾਂ ਬਾਅਦ ਅਸੀਂ ਇੰਨੀ ਨਿੰਦਾ ਕਦੀ ਕੀਤੀ ਨਹੀਂ ਅੱਛੀ ਪਰਫੋਰਮੈਂਸ ਦੀ ਗੱਲ ਹਮੇਸ਼ਾ ਹੋਈ ਹੈ ਅਤੇ ਵਿਰਾਟ ਕੋਹਲੀ ਨੇ ਅਫਕੋਰਸ ਸਾਨੂੰ ਉਹਨਾਂ ਦੇਸ਼ਾਂ ਵਿੱਚ ਵੀ ਜਾ ਕੇ ਜਿਤਾਇਆ ਜਿੱਥੇ ਅਸੀਂ ਬਹੁਤ ਸਾਲਾਂ ਤੋਂ ਨਹੀਂ ਸੀ ਜਿੱਤੇ ਦੇਖੋ ਵਿਰਾਟ ਕੋਹਲੀ ਨੇ ਖੁਦ T20 ਦੀ ਕਪਤਾਨੀ ਛੱਡੀ IPL ਦੀ ਛੱਡੀ ਉਹਨੇ ਕਿਹਾ ਕਿ ਮੈਂ ਫੋਕਸ ਕਰਨਾ ਚਾਹੁੰਦਾ ODIs 'ਚ ਅਤੇ ਗੱਲ ਇਹ ਹੈ ਵੀ ਜਦੋਂ ਹੁਣ ਤੁਸੀਂ ਕੋਹਲੀ ਨੂੰ ਬਦਲਿਆ ਤਾਂ ਇਹ ਵੀ ਨਹੀਂ ਹੈ ਕਿ ਤੁਸੀਂ ਕੋਈ ਯੰਗ ਲੀਡਰ ਨੂੰ ਤਿਆਰ ਕਰਨਾ ਸੀਗਾ ਜਿਵੇਂ ਕੋਹਲੀ ਦੇ ਕੇਸ 'ਚ ਹੋਇਆ ਸੀਗਾ ਜਦੋਂ ਧੋਨੀ ਨੇ ਛੱਡੀ ਸੀਗੀ ਦੂਸਰੀ ਗੱਲ ਇਹ ਪਹਿਲਾਂ ਹੋ ਚੁੱਕਾ ਕਈ ਕਪਤਾਨਾਂ ਨਾਲ ਹੋ ਚੁੱਕਾ ਸਭ ਤੋਂ ਵਧੀਆ ਐਗਜ਼ਾਮਪਲ ਮੈਨੂੰ ਲੱਗਦਾ ਅਸੀਂ ਦੇ ਸਕਦੇ ਹਾਂ ਸੌਰਵ ਗਾਂਗੁਲੀ ਦਾ ਜੋ 2005 ਵਿੱਚ ਇਸੇ ਤਰ੍ਹਾਂ ਕੀਤਾ ਗਿਆ ਸੀ ਉਹਨਾਂ ਨਾਲ ਪਰ ਇਹ 2005 ਨਹੀਂ ਹੈ ਨਿਊਜ਼ ਬਹੁਤ ਛੇਤੀ ਫੈਲਦੀ ਹੈ ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਅਸੀਂ ਆਪਣੀ ਅਗਲੀ ਜਨਰੇਸ਼ਨ ਨੂੰ ਇਹ ਕਿਉਂ ਸਿਖਾ ਰਹੇ ਹਾਂ ਕਿ ਅਸੀਂ ਆਪਣੇ ਹੀਰੋਜ਼ ਨੂੰ ਇਸ ਤਰ੍ਹਾਂ ਯੂਜ਼ ਕਰਨਾ ਹੈ ਕਿ ਉਹਨਾਂ ਦੀ ਕੋਈ ਐਕਸਪਾਇਰੀ ਡੇਟ ਉਹਨਾਂ ਦੀ ਕੋਈ ਵੈਲਿਡਿਟੀ ਹੈ ਇੱਕ ਵਾਰ ਫਿਰ ਰੋਹਿਤ ਸ਼ਰਮਾ ਦੀ ਉਮਰ ਤਾਂ ਕੋਹਲੀ ਤੋਂ ਵੀ 1.5 ਸਾਲ ਵੱਧ ਹੈ ਕੋਹਲੀ 33 ਸਾਲ ਦੇ ਹੈ ਰੋਹਿਤ 35.5 ਸਾਲ ਦੇ ਹੈ ਹਾਂ ਸ਼ਾਇਦ ਉਹ ਕਪਤਾਨ ਬਣਨਾ ਡਿਜ਼ਰਵ ਕਰਦੇ ਹੈ ਪਰ ਕੀ ਕੋਹਲੀ ਇੱਕ ਬੈਟਰ ਐਗਜ਼ਿਟ ਡਿਜ਼ਰਵ ਨਹੀਂ ਕਰਦਾ ਸੀ ਹੁਣ ਮੈਨੂੰ ਦੱਸੋ ਰੋਹਿਤ ਕੋਲ ਬਹੁਤ ਜ਼ਿਆਦਾ ਮੌਕੇ ਨਹੀਂ ਹੈ ਉਮਰ ਦੇ ਕਾਰਨ ਸੋ ਜੇ ਰੋਹਿਤ T20 ਦਾ 2022 ਦਾ ਹੋਣ ਵਾਲਾ ਵਰਲਡ ਕੱਪ ਜਾਂ ਫਿਰ ODI ਦਾ 2023 ਦਾ ਹੋਣ ਵਾਲਾ ਵਰਲਡ ਕੱਪ ਨਹੀਂ ਜਿੱਤਦਾ ਤਾਂ ਕੀ ਬਸ ਰੋਹਿਤ ਨਾਲ ਵੀ ਇਹੀ ਕੀਤਾ ਜਾਏਗਾ ਉਸ ਖਿਡਾਰੀ ਨਾਲ ਜਿਹੜਾ 3 ਡਬਲ ਸੈਂਚੁਰੀਜ਼ ਮਾਰਨ ਵਾਲਾ ਇਕਲੌਤਾ ਖਿਲਾੜੀ ਹੈ ODIs 'ਚ ਈਗੋ ਇਸ਼ੂ ਸਾਹਮਣੇ ਆ ਰਹੇ ਨੇ BCCI ਦੇ ਗਾਂਗੁਲੀ ਸਾਹਿਬ ਪ੍ਰੈਜ਼ੀਡੈਂਟ ਕਹਿੰਦੇ ਨੇ ਕਿ ਅਸੀਂ ਕੋਹਲੀ ਨੂੰ 48 ਘੰਟੇ ਦਿੱਤੇ ਸੀ ਰਿਜ਼ਾਈਨ ਕਰਨ ਲਈ ਅਤੇ ਕਿਉਂਕਿ ਉਹਨੇ ਨਹੀਂ ਕੀਤਾ ਸੋ ਸਾਨੂੰ ਇਹ ਕਰਨਾ ਪਿਆ ਇਹਦਾ ਕੀ ਮਤਲਬ ਹੈ ਵਿਰਾਟ ਕੋਹਲੀ ਸਿਰਫ ਇੰਡੀਆ ਦਾ ਨਹੀਂ ਸਾਰੇ ਦੁਨੀਆ ਦੇ ਕ੍ਰਿਕਟ ਵਰਲਡ 'ਚ ਗੱਲ ਹੁੰਦੀ ਹੈ ਕਿ ਕੋਹਲੀ ਇਜ਼ ਵਨ ਆਫ ਦ ਬੈਸਟ ਅਤੇ ਆਹ ਸਟੇਟਮੈਂਟ ਕੀ ਦੱਸਦੀ ਹੈ ਤੁਹਾਨੂੰ ਕਿ ਹੀ ਇਜ਼ ਅ ਨੋਬਡੀ ਕੋਹਲੀ ਨੇ ਹੁਣੇ ਲੇਟੈਸਟ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਇਹੋ ਜਿਹੀ ਗੱਲ ਨਹੀਂ ਹੈ ਜੀ ਮੈਨੂੰ ਪਤਾ ਸੀਗਾ ਮੈਨੂੰ 1.5 ਘੰਟੇ ਪਹਿਲਾਂ ਬੋਰਡ ਮੀਟਿੰਗ ਤੋਂ ਦੱਸਿਆ ਗਿਆ ਕਿ ਤੂੰ ODI ਦਾ ਕੈਪਟਨ ਨਹੀਂ ਹੋਏਗਾ ਪਰ ਜਿਹੜੀ 48 ਘੰਟੇ ਵਾਲੀ ਗੱਲ ਹੈ ਉਹਦਾ ਕੋਈ ਜ਼ਿਕਰ ਨਹੀਂ ਸੀਗਾ ਆਹ ਕਿਹੋ ਜਿਹਾ ਕਾਰਪੋਰੇਟ ਕਲਚਰ ਵਾਲਾ ਬਿਹੇਵੀਅਰ ਹੈ ਸਾਡੇ ਹੀਰੋਜ਼ ਨਾਲ ਇਹਨਾਂ ਨੂੰ ਮੈਂ ਹੀਰੋ ਇਸ ਕਰਕੇ ਨਹੀਂ ਕਹਿ ਰਿਹਾ ਕਿ ਇਹ ਮੇਰਾ ਹੀਰੋ ਹੈ ਪਰ ਇਸ ਕਰਕੇ ਕਿਉਂਕਿ ਬਹੁਤ ਸਾਰਾ ਯੂਥ ਇਹਨੂੰ ਆਈਡਲਾਈਜ਼ ਕਰਦਾ ਹੈ ਬਹੁਤ ਸਾਰੇ ਲੋਕ ਨਾ ਸਿਰਫ ਕ੍ਰਿਕਟ ਲਈ ਲੇਕਿਨ ਹੋਰ ਕਈ ਫੀਲਡਸ ਵਿੱਚ ਇੰਸਪੀਰੇਸ਼ਨ ਲੈਂਦੇ ਨੇ ਅਤੇ ਤੁਸੀਂ ਆਪਣੇ ਸਾਰੇ ਹੀ ਪਲੇਅਰਸ ਨੂੰ ਕਿੰਨਾ ਇਨਸਿਕਿਓਰ ਕਰ ਰਹੇ ਹੋ ਹਮੇਸ਼ਾ ਜਦੋਂ ਕਪਤਾਨਾਂ ਜਾਂ ਕੋਚਿਸ ਨਾਲ ਗੱਲ ਹੁੰਦੀ ਹੈ ਕਿਹਾ ਜਾਂਦਾ ਹੈ ਕਿ ਅਸੀਂ ਆਪਣੀ ਟੀਮ ਦੇ ਪਲੇਅਰਸ ਨੂੰ ਇਹ ਨਹੀਂ ਚਾਹੁੰਦੇ ਕਿ ਉਹ ਪਰਸਨਲ ਲੈਵਲ 'ਤੇ ਖੇਡਣ ਤਾਂ ਕਿ ਉਹ ਇਹ ਸੋਚਣ ਵੀ ਮੇਰੀ ਟੀਮ ਜਗ੍ਹਾ ਪੱਕੀ ਹੋ ਜਾਵੇ ਅਸੀਂ ਚਾਹੁੰਦੇ ਹਾਂ ਕਿ ਉਹ ਖੁੱਲ੍ਹ ਕੇ ਖੇਡਣ ਤਾਂ ਕੀ ਆ ਇੱਕ ਤੁਹਾਡੇ ਕਪਤਾਨ ਲਈ ਨਹੀਂ ਚੱਲਦੀ ਇਹ ਗੱਲ ਹੁਣ ਤੁਸੀਂ ਗੱਲਾਂ ਦੇਖ ਲਓ ਰੋਹਿਤ ਟੈਸਟ ਸੀਰੀਜ਼ ਸ਼ਾਇਦ ਨਹੀਂ ਖੇਡ ਰਹੇ ਆਪਣੇ ਆਪ ਨੂੰ ਅਨਅਵੇਲੇਬਲ ਕਰ ਲਿਆ ਪਹਿਲਾਂ ਗੱਲ ਹੋ ਰਹੀ ਸੀ ਕੋਹਲੀ ਟ੍ਰੇਨਿੰਗ ਸੈਸ਼ਨ 'ਚ ਨਹੀਂ ਪਹੁੰਚੇ ਕੋਹਲੀ ODI ਸੀਰੀਜ਼ ਨਹੀਂ ਖੇਡਣ ਗਿਆ ਜਿਹੜੀ ਸਾਊਥ ਅਫਰੀਕਾ 'ਚ ਹੋਣ ਵਾਲੀ ਹੈ ਅੱਜ ਉਹਨਾਂ ਨੇ ਆ ਕੇ ਦੱਸਤਾ ਪ੍ਰੈਸ ਕਾਨਫਰੰਸ 'ਚ ਕਿ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੈ ਪਰ ਉਸ ਤੋਂ ਪਹਿਲਾਂ ਇਹ ਗੱਲਾਂ ਵੀ ਆਈਆਂ ਕਿ BCCI ਦਾ ਵੀ ਫੋਨ ਨਹੀਂ ਚੱਕ ਰਹੇ ਸੀਗੇ ਕੋਹਲੀ ਇਸ ਅਨਾਊਂਸਮੈਂਟ ਤੋਂ ਬਾਅਦ ਕੀ ਕੁਝ ਚੱਲ ਰਿਹਾ ਅਤੇ ਆਹ ਜਿਹੜਾ ਲੌਜਿਕ ਦਿੱਤਾ ਜਾ ਰਿਹਾ ਨਾ ਕਿ ਵਾਈਟ ਬਾਲ ਅਤੇ ਰੈੱਡ ਬਾਲ ਦੇ ਕੈਪਟਨ ਅੱਡ ਅੱਡ ਰੱਖਣੇ ਹੈ ਇਹ 'ਚ ਕੋਈ ਲੌਜਿਕ ਨਹੀਂ ਹੈ ਕੁਝ ਸਾਲ ਪਹਿਲਾਂ ਤੱਕ ਇਹੋ ਜਿਹੀ ਕੋਈ ਗੱਲ ਨਹੀਂ ਸੀ ਹੁਣ ਬਹੁਤ ਸਾਰੀਆਂ ਟੀਮਾਂ ਨੇ ਆਹ ਕੀਤਾ ਅਤੇ ਜਦੋਂ ਇੰਡੀਆ ਦੇ ਸਕੁਆਡਸ ਵਿੱਚ ਪਲੇਇੰਗ ਟੀਮਸ ਵਿੱਚ ਇੰਨਾ ਫਰਕ ਹੈ ਈਵਨ ਦੋਨੋਂ ਰੈੱਡ ਬਾਲ 'ਚ ਜੇ T20 ਅਤੇ ODI 'ਚ ਦੇਖੀਏ ਤਾਂ 2 ਅਲੱਗ ਕਪਤਾਨ ਹੋਣ ਨਾਲ ਕੀ ਹੋ ਜਾਂਦਾ ਤੁਸੀਂ ਬਾਰ ਬਾਰ ਕਹਿ ਰਹੇ ਹੋ ਕਿ ਰੋਹਿਤ ਦਾ ODI 'ਚ ਰਿਕਾਰਡ ਬਹੁਤ ਅੱਛਾ ਸੀ ਜਦਕਿ ਉਹਨੇ ਸਿਰਫ 10 ਮੈਚਿਸ 'ਚ ਕਪਤਾਨੀ ਕੀਤੀ ਹੈ ਜਦੋਂ ਕੋਹਲੀ ਅਨਅਵੇਲੇਬਲ ਰਹੇ ਤਾਂ ਫਿਰ ਹੁਣੇ ਵੀ ਕਿਉਂ ਅੱਡ ਅੱਡ ਨਹੀਂ ਸੀ ਹੋ ਸਕਦੇ
यह कोई गल नहीं बनती है। इस तो पहला जो तुम रिपोर्ट्स वाल ध्यान दिता हो राहुल ड्रैविड जो इस वेले इंडिया के कोच ने उन्होंने प्रेशराइज किया गया कि क्योंकि वह नैशनल क्रिकेट अकैडमी मैनेज कर रहे थे उन्होंने मना करता इंडियन टीम का कोच बनने लिए उन्होंने कहा गया फिर तेन असी NCAA का भी कोच नहीं रहन देवे। पर चलो ट्रॉफिया की गलते आ जाने तुम ट्रॉफी जितने वाले प्लेयर्स भी की किया युवराज हरभजन गौतम गंभीर इन्ने वड्डे ना जिन्हों तो बिना सी शायद 2011 का वर्ल्ड कप इन्ने साल बाद नहीं से जीत सकते उन्होंने टीम चो किस तरह बाहर किया उन्होंने बाहर होने का मौका ही नहीं दिता तुसी कोई रिस्पैक्ट इन्हों नहीं मिली इन्ने सीनियर प्लेयर्स में। इस तो पहला 2008 विच रिपोर्ट्स आई सीगियां कि टेस्ट विचों आप रिटायर होने लिए वड्डे खिडारियों नू गांगुली लक्ष्मण द्राविड कुंबले सचिन इन्हों सब नू कहा गया सीगा ते या तुसी परफॉर्म करो या खुद रिटायर हो जाओ कुछ ने किया कुछ ने नहीं किया। कुंबले तो अगे जाके इंडियन टीम के कप्तान भी कुछ चिर बने रहे धोनी के बनने तो पहला। पर गल यह है कि इन्ना वड्डा नाम क्रिकेट साडे देश किन्ना वड्डा किन्ना यूथ फॉलो करता है किन्ने लोग इंस्पीरेशन लेंदे ने असी एहो जिहा एग्जाम्पल ना सैट करिए। तुसी सुनिया होना कुछ दिन पहला पंजाब की एक शूटर एक कुड़ी जिहड़ी पहला नैशनल जीत चुकी है इस बार उहदा कोई मैडल नहीं आया तो उन्हें सुसाइड कर लिया। पहला ये गल्लां सानू पढ़ाई दे खेत्र सुनने नू मिलदियां सी क्योंकि घरों इन्ना प्रैशर सीगा हुण असी स्पोर्ट्स विच इन्ना प्रैशर पाउण लगे हां इसलिए ये गल सीमित नहीं है एजुकेशन या स्पोर्ट्स दे सानू साडा एक कल्चर बदलन की लोड़ है ते जिहड़े उपर इन्नियां वड्डियां पोस्ट लैके लोग बैठे ने गांगुली वर्गे जो आप ये भुगत चुके ने उन्हां नू ये लोड़ है कि यह कल्चर नू बदलिया जावे इज्जत दित्ती जावे उन्हां नू जिन्हां ने देश लई इन्ना कुछ अचीव कीता है ते पूरी दुनिया च नाम खटिया। तुसी देखते रहो पंजाब टुडे।